ਸਾਹਮਣੇ ਚੋਪੜਾ ਦਾ ਵਿਆਹ ਹੋਇਆ ਸੀ ਜੀ ਉਹ ਸਾਹਮਣੇ ਉਮੀਦ ਭਵਨ ਹੈ ਜੀ ਇੱਥੇ ਵੀ ਜਾਣਾ ਹੈ ਟਰੈਕ ਕਰ ਦੇਵੇ ਛੋ ਮੰਦਿਰ ਵੀ ਹੈ ਨਾ ਉਹ ਮੰਦਿਰ ਵੱਲੋਂ ਆਏ ਹਾਂ ਮੰਦਿਰ ਵੱਲੋਂ ਟਰੈਕ ਕਰ ਦੇਵੇ ਜੀ ਤੇ ਹੁਣ ਅੱਗੇ ਜਾ ਕੇ ਦੇਖਦੇ ਹਾਂ ਕਿੱਦਾਂ ਚ नवे ब्लॉग ब्लॉग नंबर 3 विच तुहाडा स्वागत है अज असी जावांगे मेहरानगढ़ ते मेहरानगढ़ असी तैयार हो गए हैं सारे जने हुण बूफे सिस्टम इत्थे हैगा ब्रेकफास्ट दे लई जिस वे शायद साउथ इंडियन जां होर सारियां वैरायटीज होणगियां 10:30 बजे तक है वह बूफे सिस्टम ते असी बूफे सिस्टम खा के वह मनीषा तैयार होंदी वी पिछे ते असी जावांगे असी मैं तां तैयार पहले ही हो गया सीगा ना के ते उधर भी तैयार हुंदे वेखनी होणी ते मेहरानगढ़ नूं शायद इत्थे इत्थों 2 किलोमीटर कहिंदे पे मेहरानगढ़ ते उमेद भवन भी 2 किलोमीटर कहिंदे पे ते असी 2 किलोमीटर जा के पहला डिस्कशन करांगे कि हिसाब नाल ऑटो विच जाणा जां अपनी गड्डी विच जाणा क्योंकि ऑटो विच जा के सानूं इह फायदा होणा कि रश नहीं मिलना मतलब कि उहनां नूं अपना हिसाब हुंदा गलियां दा ते असी थोड़े स्ट्रेंजर आ ते हुण देखदे आ बूफे विच की आ ते जिहड़े नवें आ उह सबसक्राइब कर लो चैनल ते फॉर न्यू अपडेट्स अगे जिदा भी होंगी अगे तो मैं ब्लॉग बनाना जाऊँगा तो तुम बने रहो आप बूफे में देखो जी आह प्लेट्स लगे हुए फॉक्स लगे हुए आ ब्रैड है आ बटर है आ जैम है फ्रूट्स है आ सब्जियां है जी आ रोटी है आ सब्जी आ बड़ा है आ सांभर है आ जे होंगे अपने सीरियल्स है वो लस्सी आ जूस है तो वह गर्म करने कैटल है बाकी बहुत सोहना इंतजाम है असी थोड़ा जहा समान ज़्यादा चक लिया तो खाने हूँ तो बाद करते हैं गल बाई मेहरानगढ़ किले वाल असी चल पे हाँ जी हूँ आ कुड़ी साड़ी बोली जाती है सानू बोलन नहीं दी भाई तो आ सामने आ गलियाँ इदा छोटी छोटी जी गलियाँ नैविगेशन लाया हुआ पूरा हाँ जी पुत्तू ਗੁੜੀ ਨਹੀਂ ਵੜਦੀ ਕੋਈ ਗੱਲ ਨਹੀਂ ਅਗਲੀ ਵਾਰ ਦਾਦੀ ਵੀ ਆ ਜਾਓਗੇ ਠੀਕ ਹੈ ਰਾਜਸਥਾਨ ਕਹਿੰਦੀ ਹੈ ਰਾਜਸਥਾਨ ਇੱਕ ਤਾਂ ਪਤਾ ਨਹੀਂ ਲੱਗਦਾ ਯਾਰ ਰਾਜਸਥਾਨ ਪਹਿਲਾਂ ਦਾਦੀ ਜਾਨ ਸੀਗੀ ਹੁਣ ਵੀ ਦਾਦੀ ਜਾਨ ਨਹੀਂ ਹੈ ਤੇ ਆ ਛੋਟ ਭੀੜੀਆਂ ਹੀ ਗਲੀਆਂ ਜਾਂਦੀਆਂ ਉੱਥੇ ਨੂੰ ਜਿੱਦਾਂ ਅਸੀਂ ਪਹੁੰਚਾਂਗੇ ਫੇਰ ਦੱਸਾਂਗੇ ਦੁਬਾਰਾ ਦੱਸਾਂਗੇ ਤੁਹਾਨੂੰ ਆ ਜਸਵੰਤ ਥੜਾ ਹੈ ਜੀ ਇੱਥੋਂ ਦਿਖਣ ਲੱਗ ਪਿਆ ਜਸਵੰਤ ਥੜਾ ਹੋਊਗਾ ਜਾਂ ਫਿਰ ਮੰਦਰ ਹੋਊਗਾ ਮੈਨੂੰ ਆਪ ਨਹੀਂ ਪਤਾ ਜਸਵੰਤ ਹੈਗਾ ਤੂੰ ਰਹਿਣ ਤੋਂ ਮੈਨੂੰ ਪਤਾ ਤੇ ਉਹ ਹੈ ਮਹਿਰਾਨਗੜ੍ਹ ਉਹ ਦੇਖੋ ਦਿਖ ਰਿਹਾ ਹੈ ਉਹ ਦਿਖ ਰਿਹਾ ਹੈ ਹਮਾਰਾ ਮਹਿਰਾਨਗੜ੍ਹ ਦਾ ਕਿਲਾ ਜਹਾਂ ਪਰ ਪਹਾੜੀਆਂ ਦਿਖ ਰਹੀਆਂ ਹੈ ਇਧਰੋਂ ਦੀ ਗਏ ਹੋਣਾ ਯਾਰ ਤੁਸੀਂ ਹੈ ਨਹੀਂ ਨਹੀਂ ਇਧਰੋਂ ਨਹੀਂ ਗਏ ਸੀ ਅਸੀਂ ਇੱਥੇ ਬਲੂ ਸਿਟੀ ਵਾਲੀ ਵੀ ਹੈਗੀ ਹੈ ਘੁੰਮਣ ਲਈ ਬਲੂ ਸਿਟੀ ਘੁੰਮਣ ਦੇ ਲਈ ਵੀ ਇਹਦਾ उपरों दिखनी ब्लू सिटी क्योंकि अद्धे ने रंग चिट्टा कर लिया था अद्धे ने पहाड़ी एरिया की पता ना कुछ ओ किया यार इधर सिटी है जी सारी हाँ देखो इधर सिटी है सारी उधर साडा होटल सीगा उमेद भवन उमेद भवन है सामने उमेद भवन है जी हाँ यहाँ पर भी जाएंगे और ये हमारा किला दिख रहा है ड्राइविंग तो मैं कर सकता ब्रो मैं ब्लॉग बनाना पे हूं चलो हुण आपां जाके दसदे आं जी किदां सोहना यार जसवंत थड़े भी घूमना ठीक है एक इत्थे ओह भी हैगा अपना जिथे किहड़ा सीगा बैटमैन हां बैटमैन फिल्म दे विच ओह इत्थों राइज होया सीगा
ਜਿਹੜਾ ਖੂਹ ਵਾਲਾ ਸੀਨ ਹੈ ਉਹ ਵੀ ਤੁਹਾਨੂੰ ਦਿਖਾਉਂਗਾ ਜ਼ਰੂਰ। ਤੇ ਇੱਥੇ ਹੈ असली खूह ਉਹ ਹੈਗਾ ਜੈਪੁਰ ਤੇ ਉਹ ਨਿਕਲਿਆ ਸੀਗਾ ਉਹ ਇੱਥੇ ਸ਼ੂਟ ਹੋਇਆ ਸੀਗਾ। ऑटो जा रहे हैं और यहाँ पर कुछ बना हुआ है, इधर भी जाना यार नर्सरी राव अपन क्या पार्किंग गांव भी हैगी यार भाई कार्ड खड़ा ना उतो पुछ लो आ झील है जी देखो ਤੇ ਉਹ ਕਿਲਾ ਓ ਹੋ ਹੋ ਕਿਲਾ ਬਹੁਤ ਜ਼ਿਆਦਾ ਸੋਹਣਾ ਬਣਾਇਆ ਹੈ ਬਹੁਤ ਜ਼ਿਆਦਾ ਸੋਹਣਾ ਆਪ ਗਾਰਡ ਤੋਂ ਬਚੋ ਉਹ ਜਾਈ ਜਾਂਦੇ ਆਟੋ ਜੇ ਗਾਰਡ ਹੋਰ ਹੋਰ ਦੇਦਾ ਜੀ ਸਾਡੇ ਨੂੰ ਚਲੋ ਹੁਣ ਜਾ ਕੇ ਦੇਖਦੇ ਹਾਂ ਯਾਰ ਬਾਏ ਬਾਏ ਪਾਰਕ ਕਰਦੇ ਹਾਂ ਗੱਡੀ ਧੁੱਪ ਬਹੁਤ ਬਹੁਤ ਜ਼ਿਆਦਾ ਵੀ ਨਹੀਂ ਹੈਗੀ ਧੁੱਪ ਪਰ ਫਿਰ ਵੀ ਅੱਖਾਂ ਨੂੰ ਲੱਗਦੀ ਪਈ ਸੂਰਜ ਲੱਗਦਾ ਪਿਆ ਅੱਖਾਂ ਆਹ ਇਹਦੀ ਪਾਰਕਿੰਗ ਹੈ ਜੀ ਪਹਿਲਾਂ ਦੇਖ ਲਓ ਆਹ ਸਾਡੀ ਗੱਡੀ ਹੈ ਲੱਗੀ ਆਹ ਬੰਦੇ ਸਾਡੇ ਛਿੱਕ ਮਾਰਤੀ ਹੈ ਜੀ ਮੈਂ ਪਹਿਲਾਂ ਹੀ ਆਹ ਬਹੁਤ ਸੋਹਣਾ ਜ਼ਿਆਦਾ ਕਿਲਾ ਬਹੁਤ ਜ਼ਿਆਦਾ ਸੋਹਣਾ ਇੱਕ ਵਾਰ ਜ਼ਰੂਰ ਆ ਕੇ ਦੇਖਿਓ ਇੱਥੇ ਹੁਣ ਅਸੀਂ ਚੜ੍ਹਾਈ ਚੜ੍ਹਾਂਗੇ ਇੱਥੇ ਦੀ ਇੱਕ ਵੈਸੇ ਇੱਥੇ ਲਿਫਟ ਵੀ ਲੱਗੀ ਹੋਈ ਆ ਉੱਥੇ 50 ਰੁਪਏ ਦਾ ਅਲੱਗ ਕਰਾਇਆ ਅਤੇ ਜੇ ਆਪਾਂ ਤੁਰ ਕੇ ਜਾਣਾ ਹੋਵੇ ਵੈਸੇ ਮੈਂ ਰਿਕਮੈਂਡ ਕਰੂੰਗਾ ਕਿ ਤੁਰ ਕੇ ਚੱਲੋ ਕਿਉਂਕਿ ਤਾਂ ਹੀ ਮਜ਼ਾ ਆਊਗਾ ਤੁਰ ਕੇ ਜਾਣ ਦਾ ਹੀ ਮਜ਼ਾ ਹੈ ਤਾਂ ਹੀ ਜਿੱਦਾਂ ਥੋੜ੍ਹਾ ਕਿਆ ਕਹਾਂ ਹੁਣ ਕੋਈ ਗੱਲ ਨਹੀਂ ਹੈਗੀ ਉਹ ਦੇਖੋ ਜੀ ਬੰਦੇ ਟਰੈਕ ਕਰਦੇ ਪਏ ਇਹ ਟਰੈਕ ਕਿੱਥੇ ਕਰਦੇ ਪਏ ਉਹ ਬੰਦੇ ਟਰੈਕ ਕਰਦੇ ਪਏ ਮੰਦਰ ਵੀ ਹੈ ਨਾ ਮੰਦਰ ਵੱਲੋਂ ਆਏ ਹਾਂ ਮੰਦਰ ਵੱਲੋਂ ਟਰੈਕ ਕਰਦੇ ਪਏ ਜੀ ਅਤੇ ਹੁਣ ਅੱਗੇ ਜਾ ਕੇ ਦੇਖਦੇ ਹਾਂ ਕਿੱਦਾਂ ਚੜ੍ਹਾਈ ਚੜ੍ਹ ਕੇ ਬਾਕੀ ਸਾਰਾ ਤੁਹਾਨੂੰ ਦੱਸਦੇ ਹਾਂ ਟੂਰਿਸਟ ਆ ਦੇਖੋ ਬੱਸ ਆਈ ਫੋਰਨਰਸ ਫੋਰਨਰਸ ਆਰ ਅਰਾਈਵਡ ਹੇਅਰ ਯਾ ਆਹ ਦੇਖੋ ਜੀ ਕਿੰਨੀ ਸੋਹਣੀ ਗੱਡੀ ਸੋਚੀ ਇਹਦੇ ਵਿੱਚ ਆਏ ਆਪਣੇ ਆਹ ਗੋਰੇ ਬੰਦੇ ਆਹ ਪੂਰੀਆਂ ਫੋਟੋਆਂ ਖਿੱਚ ਰਹੇ ਬੰਦੇ ਡੀ ਐੱਸ ਐੱਲ ਆਰ ਲਿਆ ਕੇ ਅਤੇ ਆਹ ਸਾਡੇ ਇੱਕ ਮਹਾਤਰ ਸਾਥੀ ਖੜ੍ਹੇ ਸਾਡੇ ਵਰਗੇ ਉਹ ਪਿੱਛੇ ਫਿਲਟਰ ਲੱਭਦੇ ਹੋਏ ਆਹ ਮਨਜਿੰਦਰ ਕੌਰ ਉਹ ਪ੍ਰੀਆ ਅਤੇ ਉਹ ਹਰਿੰਦਰ ਸਿੰਘ ਉੱਧਰ ਝੀਲ ਹੈ ਜੀ ਝੀਲ 'ਚ ਹੀ ਆ ਪਾਣੀ ਜਿਹਾ ਉਹ ਪਰਲੇ ਪਾਸੇ ਉਹ ਬਾਅਦ 'ਚ ਦਿਖਾਉਂਦਾ ਤੁਹਾਨੂੰ ਅਤੇ ਆਹ ਡੀ ਐੱਸ ਫੋਟੋ ਵਗੈਰਾ ਲੱਗੇ ਹੋਏ ਆ ਇੱਥੇ ਹੁਣ ਇੱਥੇ ਚੜ੍ਹਾਈ ਚੜ੍ਹਦੇ ਹਾਂ ਅਸੀਂ ਇੱਥੇ ਚੈਕਿੰਗ ਹੋਣੀ ਹੈ ਬੰਦਿਆਂ ਦੀ ਅਲੱਗ ਤੀਵੀਆਂ ਦੀ ਅਲੱਗ ਇੱਥੇ ਕੁਛ ਕੰਸਟਰਕਸ਼ਨ ਹੋਣ ਦੀ ਪਈ ਅਤੇ ਆਹ ਐਂਬੂਲੈਂਸ ਖੜ੍ਹੀ ਆ ਇੱਧਰ ਟੋਇਲਟਸ ਵਗੈਰਾ ਹੈ ਬਾਕੀ ਇੱਥੋਂ ਹੁਣ ਕਰਾ ਕੇ ਚੈਕਿੰਗ ਕਰਾ ਕੇ ਫਿਰ ਚੱਲਦੇ ਹਾਂ ਅੱਗੇ ਵੀ ਬਹੁਤ ਸੋਹਣੀ ਸੀਨਰੀ ਤੁਹਾਨੂੰ ਦਿਖਾ ਰਹਾ ਮੈਂ ਪਹਿਲਾਂ ਇਹ ਦੇਖੀਏ ਸੀਨਰੀ ਆਹ ਆਰਟਿਸਟ ਲੱਗੇ ਹੋਏ ਨੇ ਉਹਦੇ ਆਰਟਿਸਟ ਲੱਗਾ ਬਾਈ ਹਾਂ 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 ਦੇਖੋ ਇਹ ਗਾਣੇ ਲਾਏ ਹੋਏ ਨੇ ਗਾਣੇ ਲਾਏ ਹੋਏ ਨੇ ਆਰਟਿਸਟ ਲੱਗੇ ਹੋਏ ਨੇ ਇੱਕ ਮੁਲਾਕਾਤ ਜ਼ਰੂਰੀ ਹੈ ਸਨਮ ਜੇ ਗਾਣਾ ਲਗਾ ਹੁਆ ਹੈ ਉੱਪਰ ਤਾਂ ਛੱਤੇ ਬਹੁਤ ਲੱਗੇ ਹੋ ਬਈ ਇੱਥੋਂ ਟਿਕਟ ਲੈਣੀ ਜੀ ਮਹਿਰਾਨਗੜ੍ਹ ਸੰਗ੍ਰਹਿਆਲਯ ਟਿਕਟ ਕਾਊਂਟਰ ਹੈ ਯਹਾਂ ਪਰ ਹਾਂ ਦੇਖੋ ਇੱਕ ਵਾਰ ਵਾਈਬ ਚੈੱਕ ਕਰੋ ਯਾਰ ਕਿਲੇ ਦੀ ਸੱਚੀ ਹੁੰਦਾ ਟਿਕਟ ਨੰਬਰ 2 ਫੋਰਨਰਸ ਦੇ ਲਈ ਜੇ ਅਤੇ ਆਪਣੇ ਲਈ ਦੇਖਦੇ ਹਾਂ ਹੁਣ ਟਿਕਟ ਕਿਸ ਹਿਸਾਬ ਨਾਲ ਸੀਨੀਅਰ ਸਿਟੀਜ਼ਨ ਦਾ ਛੋਟੇ ਬੱਚੇ ਲਈ ਕਿੰਨੇ ਕੀ ਟਿਕਟ ਲੱਗਦੀ ਤੁਹਾਨੂੰ ਦੱਸਦਾ ਹੁਣ ਮੈਂ ਟਿਕਟਾਂ ਇੱਥੇ ਆਹ ਟਾਈਮ ਲਿਖੀ ਹੋਈ 9 to 5 ਵਜੇ ਤੱਕ ਆਹ ਟਿਕਟਾਂ ਹੈ ਉਹ ਛੋਟਾ ਜਿਹਾ ਮੰਦਿਰ ਹੈ ਅਤੇ ਉਹ ਜਸਵੰਤ ਥੜਾ ਇੱਥੇ ਵੀ ਜਾਣਾ ਹੈ ਅਤੇ ਚਲੋ ਆਹ ਫੋਰਨਰਸ ਵੀ ਆਪਣਾ ਮੇਲਾ ਦਾ ਬਲੌਗ ਬਣਾਉਂਦੇ ਪਏ ਇੱਧਰ ਲਿਫਟ ਹੈ ਲਿਫਟ ਕਿੱਧਰ ਹੈ ਲਿਫਟ ਪਤਾ ਨਹੀਂ ਕਿੱਧਰ ਹੈ ਉੱਥੇ 50 ਰੁਪਏ ਲੱਗਦੇ ਹਾਂ ਉਹ ਤਾਂ ਸਲੈਬਰਟੀਜ਼ ਆ ਉਹਨਾਂ ਲਈ ਆਹ ਫੋਰਨਰਸ ਲਈ ਹੈ ਯਾਰ
ਤੇ ਅੱਗੇ ਮੈਪ ਵੀ ਲੱਗਾ ਹੋਣਾ ਤੇ ਆਹ ਹੈੱਡਫੋਨ ਆਡੀਓ ਲਈ ਆ, ਮਤਲਬ ਕਿ ਆਡੀਓ ਲਈ ਆ, ਇਹ ਜਿਹੜਾ ਗਾਈਡ ਨਹੀਂ ਆਡੀਓ ਗਾਈਡ ਉਹਦੇ ਲਈ ਇਹ ਆ। ਹਾਂ ਇੱਥੇ ਉਹ ਕਰਾਉਣ ਦੇ ਲਈ, ਆਪਣੇ ਚੇਂਜ ਕਰਾਉਣ ਦੇ ਲਈ ਜੇ ਹਮਾਰੇ ਗਾਰਡ ਸਰ। ਹਾਂ ਇੱਥੇ ਜਿਪ ਲਾਈਨ ਵੀ ਹੈਗੀ ਆ ਜੀ, ਆਹ ਦੇਖੋ ਛੋਟਾ ਜਿਹਾ ਮੰਦਰ, ਬਹੁਤ ਸੋਹਣਾ ਜਿਹਾ ਪਿਆਰਾ ਜਿਹਾ ਮੰਦਰ ਹੈ। ਮੰਦਰ ਨਹੀਂ ਹੈਗਾ ਇਹ ਆਪਣਾ ਉਹ ਹੈ, ਨਹੀਂ ਨਹੀਂ ਪਾਗਲ ਉਹ ਹੈ ਮੁਸਲਿਮ ਲੋਕਾਂ ਦਾ, ਇਹ ਆਪ ਰਾਬੋ ਆਪੇ ਪੋਜ ਪੂਜ ਕਰਕੇ ਪੜ ਲਿਓ, ਹੁਣ ਮੈਂ ਤਾਂ ਪੜ੍ਹਨ ਰਿਹਾ। ਆ ਜੀ ਆਹ ਦਾ ਟੂਥਬ੍ਰਸ਼ ਟ੍ਰੀ, ਇਹਦਾ ਸਾਲਵਾਡੋਰ ਪਰਸੀਸਾ ਨਾ ਖਾਰਾ ਜਾਲ ਆਹ ਹੈ ਜੀ, ਆਹ ਜੇ ਵਾਲਾ ਹੈ। ਉੱਧਰ ਦੇਖ ਲਓ ਹੈਂਡਕ੍ਰਾਫਟ ਦੀ, ਇੱਧਰ ਦਿਖਾ ਦੇਵਾਂ ਤੁਹਾਨੂੰ ਕੈਫੇ ਜਿਹੜਾ, ਇੱਥੇ ਜਿਹੜਾ ਹੈਂਡਕ੍ਰਾਫਟ ਦਾ ਮਟੀਰੀਅਲ ਹੈ। ਹਾਂ ਦੇਖੋ ਕਿੰਨਾ ਸੋਹਣਾ ਸੋਹਣਾ ਸਮਾਨ ਹੈ ਅੰਦਰ। ਹਾਂ ਬੈਗ ਬੂਗ ਇੱਥੇ ਉਹ ਸ਼ੋਪਿੰਗ ਨਾ ਕਰੋ ਮੇਰੇ ਹਿਸਾਬ ਨਾਲ, ਕਿਉਂਕਿ ਇੱਥੇ ਥੋੜ੍ਹਾ ਮਹਿੰਗਾ ਮਿਲਣਾ। ਅਤੇ ਆਹ ਕੈਫੇ ਵਗੈਰਾ ਆ, ਬਾਕੀ ਦੇਖਦੇ ਹਾਂ ਹੁਣ ਅੱਗੇ ਅੱਗੇ ਆਹ ਚੜ੍ਹਾਈ ਹੈ ਜੀ। ਹੁਣ ਤੁਹਾਨੂੰ ਅੱਗੇ ਤੁਹਾਨੂੰ ਮੈਂ ਉਹ ਦਿਖਾਉਣਾ ਚੀਜ਼ ਨਾਮ ਦਾ ਦਰਵਾਜ਼ਾ, ਪੁਰਾਣੇ ਜ਼ਮਾਨੇ ਵਾਲਾ ਦਰਵਾਜ਼ਾ ਦਿਖਾਉਣਾ। ਹਾਂ ਇੱਥੇ ਕੈਫੇ ਦੇ ਸਿਟਿੰਗ ਏਰੀਆ ਅਤੇ ਆਹ ਦਰਵਾਜ਼ਾ ਬਣਿਆ ਹੋਇਆ, ਬਹੁਤ ਪੁਰਾਣਾ ਦਰਵਾਜ਼ਾ ਇਹ, ਟੁੱਟ ਗਿਆ। ਹਾਂ ਇਹ ਨਾ ਪਹਿਲਾਂ ਇੱਧਰ ਲੱਗਾ ਸੀਗਾ ਯਾਰ, ਇੱਧਰ ਕਿ ਉੱਧਰ ਪਤਾ ਨਹੀਂ, ਜਦੋਂ ਪਹਿਲਾਂ ਆਇਆ ਸੀਗਾ ਨਾ। ਆਹ ਹੈ ਕਿਲ੍ਹੇ ਕੀ ਸਫੀਲ ਪਰ ਤੋਪੇ ਗੋਲੇ ਕੇ ਨਿਸ਼ਾਨ, ਆਹ ਹੈ ਤੋਪਾਂ ਦੇ ਗੋਲੇ। ਹਾਂ ਦੇਖੋ ਆਹ ਪਹਿਲਾਂ ਆਹ ਪੜ੍ਹ ਲਓ ਭਰਾਵੋ, ਆਹ ਤੋਪਾਂ ਦੇ ਨਿਸ਼ਾਨ ਬਣੇ ਹੋਏ। ਹਾਂ ਦੇਖੋ ਤੋਪਾਂ ਦੇ ਨਿਸ਼ਾਨ, ਤੋਪਾਂ ਦੇ ਨਿਸ਼ਾਨ ਹੈ ਇਹ ਯਾਰ। ਇੱਥੇ ਨਹੀਂ ਯਾਰ, ਆਹ ਕਿਹੜਾ ਹਨੂੰਮਾਨ ਬਾਬਾ ਬਾਲਾ ਜੀ, ਚਲੋ ਆ ਜਾਓ। ਆਹ ਹੁਣ ਨੀਵਾਂ ਨੀਵਾਂ ਥਾਂ ਆ ਗਿਆ ਜੀ, ਹੈਂ ਓ ਵਾਹ। ਆਹ ਬਲੂ ਸਿਟੀ ਹੈ, ਰੂੜੀ ਤੁਹਾਨੂੰ ਲੱਗ ਗਈ ਜਾ ਕੇ ਦਿਖਾਉਂਦਾ। ਹਾਂ ਪਿਛਲੀ ਵਾਰ ਆਪਾਂ ਉੱਧਰੋਂ ਆਏ ਸੀਗੇ, ਉੱਧਰੋਂ ਆਏ ਸੀ, ਉਹ ਜਹਾਜ਼ ਜਾਂਦਾ ਏਅਰਫੋਰਸ ਦਾ, ਇੱਕ ਮਿੰਟ ਤੁਹਾਨੂੰ ਦਿਖਾਉਂਦਾ। ਉਹ ਦੇਖੋ ਏਅਰਫੋਰਸ ਦਾ ਜਹਾਜ਼ ਲੱਗ ਗਈ ਹੈ। ਹਾਂ ਫਿਰ ਜਿਪ ਲਾਈਨ ਦਾ ਇੱਥੇ ਆਹ ਕੈਨਨ ਲੱਗੀ ਹੋਈ ਉੱਪਰੋਂ, ਜਦੋਂ ਵੀ ਹਮਲਾ ਕਰਨਾ ਹੋਵੇ ਆਹ ਥੱਲੇ ਵੀ ਜਾਵਾਂਗੇ। ਉਹ ਬਲੂ ਸਿਟੀ ਹੈ ਜੀ, ਬਲੂ ਸਿਟੀ ਦੇਖ ਲਓ, ਦਿਸ ਇਜ਼ ਜੋਧਪੁਰ ਬਰੋ। ਹਾਂ ਗਾਰਡ ਬੰਦਾ ਬੈਠਾ ਹੋਇਆ। ਹਾਂ ਅਨੂ ਬੇਬੀ, ਅਨੂ ਬੇਬੀ ਕਿਆ ਦੇਖ ਰਿਹਾ, ਜਵਾਬ ਨਹੀਂ ਦਿੰਦੀ ਅਗਲੀ, ਬੜੀਆਂ ਦੇਖ ਲੈਣਦੇ ਮੈਨੂੰ। ਪਿਛਲੀ ਵਾਰ ਅਸੀਂ ਇੱਧਰੋਂ ਆਏ ਸੀਗੇ, ਕਿੱਧਰੋਂ ਇੱਧਰੋਂ ਇੱਦਾਂ ਘੁੰਮ ਕੇ ਇੱਦਾਂ ਆਏ ਸੀਗੇ ਸ਼ਾਇਦ, ਮੈਨੂੰ ਯਾਦ ਨਹੀਂ। ਐਂਟਰੀ ਗੇਟ ਹੋਰ ਵੀ, ਆਹ ਕਿਲ੍ਹੇ ਦੀ ਸਾਈਡ ਹੈ ਜੀ, ਅਲੱਗ ਸਾਈਡ ਹੈ। ਉਹ ਦੇਖੋ ਬੰਦੇ ਖੜ੍ਹੇ ਹੋਏ, ਉਹ ਦੇਖੋ ਬੰਦੇ ਖੜ੍ਹੇ। ਹਾਂ ਅਸੀਂ ਵੀ ਜਾਣਾ ਅਸੀਂ, ਆਹ ਫੋਰਨਰਸ ਆਉਂਦੇ ਪਏ। ਆਹ ਦੇਖੋ ਕਿੱਡੇ ਕਿੱਡੇ ਬੜੇ ਰੌਕ, ਉਹਦੇ ਉੱਪਰ ਕਿਲ੍ਹਾ ਬਣਾਇਆ ਹੋਇਆ ਉਹ ਬੰਦੇ ਨੇ, ਇੰਨਾ ਤਕੜਾ ਦਿਮਾਗ ਹੋਣਾ। ਓਏ ਹੋਏ ਯਾਰ, ਪਹਿਲਾਂ ਉੱਧਰੋਂ ਸੀਗੀ ਐਂਟਰੀ, ਹੁਣ ਉੱਧਰੋਂ ਐਂਟਰੀ, ਇੱਧਰੋਂ ਹੁਣ ਅੱਗੇ ਗਾਣ ਵਜਾਉਣ ਵਾਲੇ ਹੋਊਗੇ। ਐਂ ਮਤਲਬ ਕਿ ਦੇਖੋ ਚੜ੍ਹਾਈ ਕਿੰਨੀ ਹੈ, ਹੈ ਚੜ੍ਹਾਈ ਦੇਖਿਆ, ਐਂ ਸਿੱਧੀ ਚੜ੍ਹਾਈ ਹੈ। ਇੱਧਰੋਂ ਨਾ ਹਾਥੀ ਹੁੱਥੀ ਆਉਂਦੇ ਹੁਣ, ਹੈਨਾ ਸੋਚ ਕੇ ਦੇਖੋ, ਐਨ ਇਮੈਜਿਨ ਕਰਕੇ ਦੇਖੋ, ਇੱਧਰੋਂ ਹਾਥੀ ਲੰਘਦੇ ਹੁਣ।
ਹੋਏ 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 ਆ ਦੇਖੋ ਇੱਧਰ ਆ ਉੱਪਰ ਛੱਤੇ ਲੱਗੇ ਦੇਖੀ ਪਿੱਛੇ ਐਨ ਸਟੀਪ ਚੜ੍ਹਾਈ ਹੈ ਕਿੰਨੀ ਚੜ੍ਹਾਈ ਚੜ੍ਹਾਈ ਬਹੁਤ ਆ ਕੁੜੀ ਡਿੰਗਣ ਲੱਗੀ ਸਾਡੀ ਹਰ ਇੱਕ ਇੱਦਾਂ ਹੈ ਜੀ ਬਾਈ ਬਹੁਤ ਬੜਾ ਕਿਲਾ ਹੈ ਇੱਥੇ ਰੈਸਟ ਕਰਨ ਦੇ ਲਈ ਮੈਨੂੰ ਲੱਗਦਾ ਲੋਕ ਰੈਸਟ ਕਰਦੇ ਹੋਣੇ ਇੱਥੇ ਲੋਕ ਉੱਧਰੋਂ ਲਿਫਟ ਚੜ੍ਹ ਜਾਂਦੇ ਪਹਿਲਾਂ ਉੱਤੇ ਚਲੇ ਜਾਂਦੇ ਫਿਰ ਉੱਤਰੋਂ ਉੱਤੋਂ ਦੇਖ ਕੇ ਆਉਂਦੇ ਉਹ ਤਾਂ ਫੋਟੋਆਂ ਦੇਖੋ ਇੱਧਰ ਹੁੰਦੀਆਂ ਮੀਆਂ ਫੋਟੋਜ਼ ਹੋ ਰਹੀਆਂ ਯਹਾਂ ਪਰ ਲੋਕ ਹੱਸ ਰਹੇ ਹੈ ਬਾਈ ਹੋਏ ਇੱਥੇ ਹਾਂ ਵੀ ਗਾ ਇੱਥੇ ਸਟਾਫ ਹੋਣਾ ਆਹ ਪਤਾ ਨਹੀਂ ਕਿਹਾ ਜੀ ਰਾਵ ਚੌਦਾਂ ਜੀ ਕਾ ਫਲਸਾ 1459 AD ਸ਼ਹੀਦ ਇਹ ਆਹ ਵੀ ਕਿਸਦਾ ਸਮ੍ਰਿਤੀ ਸਥਲ ਸ਼ਹੀਦ ਸ਼੍ਰੀ ਰਾਜਾ ਰਾਮ ਮੇਘਵਾਲ ਆਹ ਰੋਕਸ ਆ ਦੇਖੋ ਕਿੱਦਾਂ ਮੋਗਰੇ ਹੋਏ ਰੋਕਸ ਦੇ ਵਿੱਚ ਹੋ ਹੋ ਚਲੋ ਅੱਗੇ ਜਾ ਕੇ ਦੇਖਦੇ ਹਾਂ ਯਾਰ ਹੁਣ ਲਓ ਜੀ ਇੱਥੇ ਇਹਦਾ ਗਾਣਾ ਵਜਾਉਣਾ ਹੁੰਦਾ ਗਾਣਾ ਵਜਾਉਣਾ ਥੋੜ੍ਹਾ ਜ਼ੋਰ ਕੇ ਬੋਲਣਾ ਪੈਣਾ ਮੈਨੂੰ ਹੁਣ ਕਿਉਂਕਿ ਮੇਰੇ ਤੋਂ ਮਾਈਕ ਹੈ ਨੀਗਾ ਆਹ ਬੱਚੇ ਆਪਣੇ ਬੰਦੇ ਆ ਦੇਵੇ ਹੋ ਹਾਂ ਇਹਦੇ ਪਰਮਾਨੈਂਟ ਹੀ ਲੱਗੇ ਹੋਏ ਆ ਦੇਖ ਲਿਆ ਜੀ ਆਹ ਫੇਰ ਆਪਣੇ ਆਹ ਦੇਖੋ ਸੂਏ ਲੱਗੇ ਆਹ ਦੇਖੋ ਸੂਏ ਲੱਗੇ ਦਰਵਾਜ਼ਿਆਂ ਦੇ ਉੱਤੇ ਜੇ ਕੋਈ ਹਮਲਾ ਕਰੇ ਤਾਂ ਜਿੱਦਾਂ ਹਾਥੀ ਲੈ ਕੇ ਹਮਲਾ ਕਰਦੇ ਹੁੰਦੇ ਸੀਗੇ ਪਹਿਲਾਂ ਤਾਂ ਕਿ ਹਾਥੀਆਂ ਦੇ ਸਿਰ ਦੇ ਵਿੱਚ ਵੱਜੇ ਅਤੇ ਹਾਥੀ ਮਰ ਜਾਵੇ ਇਸ ਕਰਕੇ ਇਹ ਸੂਏ ਲਾਏ ਹੁੰਦੇ ਸੀਗੇ ਅਤੇ ਆਹ ਛੋਟੇ ਛੋਟੇ ਮੰਦਰ ਬਣੇ ਹੋਏ ਜੀ ਅੰਦਰ ਆਹ ਦੇਖੋ ਆਹ ਪਤਾ ਨਹੀਂ ਕਿਹਦੇ ਹੱਥ ਬਣੇ ਹੱਥ ਨਹੀਂ ਪਤਾ ਮੈਨੂੰ ਕਿਤੇ ਆਹ ਦੇਖੋ ਕਿੱਡੇ ਕਿੱਡੇ ਬੜੇ ਗਮਲੇ ਆ ਗਏ ਪਤੀਲੇ ਆ ਪਤਾ ਨਹੀਂ ਹੁਣ ਮੈਨੂੰ ਅੱਗੇ ਆਹ ਹੈ ਜੀ ਸਾਰੀ ਐਂਟਰੈਂਸ ਦੇਖੋ ਕਿੰਨਾ ਕਿੰਨਾ ਸੋਹਣਾ ਹੈ ਆਹ ਗੋਰੇ ਆਉਂਦੇ ਹੋਏ ਆਪਣੇ ਚਾਈਨੀਜ਼ ਫੈਨ ਲੈ ਕੇ ਅੱਛਾ ਪਹਿਲਾਂ ਇਹਦਾ ਨਾਮ ਹੁੰਦਾ ਸੀਗਾ ਮਾੜਵੇ ਮਾਰਵਾੜ ਆ ਉਹ ਅਤੇ ਫਿਰ ਇਸ ਕਰਕੇ ਇਹਨੂੰ ਮਾਰਵਾੜੀ ਕਹਿੰਦੇ ਥੋੜ੍ਹਾ ਜਿਹਾ ਅਤੇ ਬਾਅਦ 'ਚੋਂ ਇਹਦਾ ਨਾਮ ਜੋਧਪੁਰ ਰੱਖਿਆ ਗਿਆ ਬਾਅਦ 'ਚੋਂ ਇਹਦਾ ਨਾਮ ਜੋਧਪੁਰ ਰੱਖਿਆ ਗਿਆ ਆਪਣਾ ਮੂਵੀ ਦਿਖਾ ਦਿੰਦਾ ਥੋੜ੍ਹਾ ਜਿਹਾ ਹੈਗਾ ਚੱਲ ਇੱਦਾਂ ਦਾ ਹੀ ਥੋੜ੍ਹਾ ਜਿਹਾ ਅਤੇ ਆਹ ਆਪਣਾ ਮਹਿਰਾਨ ਬਾਜ਼ਾਰ ਇੱਥੇ ਪਤਾ ਨਹੀਂ ਕੀ ਲੱਗਦਾ ਹੈਗਾ ਤਾਂ ਖਾਲੀ ਹੋਈ ਰੱਖਿਆ ਹੋਇਆ ਆਹ ਹੈਗਾ ਤਾਂ ਐਨ ਖਾਲੀ ਹੈ ਇਹ ਬਾਕੀ ਆਹ ਕੈਫੇ ਮਹਿਰਾਨ ਇੱਥੇ ਖਾਣ ਪੀਣ ਦੇ ਲਈ ਮਿਲਦਾ ਹੋਣਾ ਕੁਛ ਪਾਣੀ ਤਾਂ ਹੈਗਾ ਯਾਰ ਪਿਆ ਇੱਥੇ ਲੋਕ ਪਾਣੀ ਪੂਣੀ ਲੈਂਦੇ ਕਿਉਂਕਿ ਮੈਂ ਪਰ ਮਹਿੰਗਾ ਮਹਿੰਗਾ ਹੀ ਆ ਉਹ ਮਹਾਰਾਜਾ ਦੀ ਫੋਟੋ ਲੱਗੀ ਹੋਈ ਕਦੇ ਉਹ ਬਾਅਦ 'ਚ ਦਿਖਾਵਾਂਗੇ ਅਸੀਂ ਇੱਥੇ ਟਿਕਟ ਚੈੱਕ ਹੋਣੀ ਟਿਕਟ ਚੈੱਕ ਕਰਾ ਕੇ ਦੱਸਦੇ ਹਾਂ ਜੀ ਆਹ ਬੋਟਲ ਦਿੱਤੀ ਜੀ ਇਹਨੀ ਚਿਲਡ 60 ਰੁਪਏ ਦੀ ਉੱਦਾਂ ਕਹਿੰਦੇ 40 ਰੁਪਏ ਦੀ ਉੱਦਾਂ ਖਾਲੀ 40 ਰੁਪਏ ਦੀ ਹੋਣੀ ਇਹਨਾਂ ਦੀ ਦੋ ਬੋਟਲਾਂ ਲੈ ਲਈਆਂ ਅਸੀਂ ਅਤੇ ਇੱਥੇ ਹੈ ਕੁਛ ਖਾਸ ਚਿਲਡ ਨਹੀਂ ਚਿਲਡ ਹੈ ਸਹੀ ਹੈ ਹੁਣ
ਤੇ ਇੱਥੇ ਟਿਕਟ ਦਿਖਾਉਣੀ ਆ। ਉਹ ਇੱਕ ਮਿੰਟ ਯਾਰ, ਆ ਟਿਕਟ ਦਿਖਾਉਂਦੀ ਪਈ ਉਹ, ਚਾਰ ਜਣੇ ਹਾਂ ਅਸੀਂ। ਲੋ ਮੇਰੇ ਵੀਰੋ, ਆਹ ਪਹੁੰਚ ਗਏ ਤਾਂ ਵਿਊ ਪੇਂਟਿੰਗ ਗੈਲਰੀ ਦੌਲਤ ਖਾਂ। ਦੌਲਤ ਖਾਂ ਨੇ ਬਣਾਈ ਹੋਣੀ ਇਹ। ਇਹ ਮੇਰੇ ਹਿਸਾਬ ਨਾਲ ਉਹ ਹੈ ਆਪਣੀ, ਕਿਆ ਹੁੰਦੀ, ਡੁਪਲੀਕੇਟ ਨਹੀਂ ਹੁੰਦੀ, ਕਿਆ ਹੁੰਦੀ ਉਹ, ਕਿਆ ਕਹਿੰਦੀ ਉਹਨੂੰ ਯਾਰ, ਕਿਆ ਕਹਿੰਦੇ ਹੁੰਦੇ, ਮੈਨੂੰ ਹੁਣ ਅੱਖਰ ਨਹੀਂ ਯਾਦ ਆਉਂਦਾ ਪਿਆ। ਜਿਹੜੀ ਡੁਪਲੀਕੇਟ ਰੱਖੀ ਹੁੰਦੀ ਚੀਜ਼, ਉਹਨੂੰ ਕਿਆ ਕਹਿੰਦੇ ਹੁੰਦੇ। ਚਲੋ ਕੋਈ ਗੱਲ ਨਹੀਂ, ਆਜੋ। ਅੱਛਾ, ਰੈਪਲੀਕਾ ਹੁੰਦਾ ਜੀ ਉਹਦਾ ਨਾਮ। ਹੁਣ ਇਹ ਮੈਨੂੰ ਯਾਦ ਆਇਆ, ਹੋਰ ਕਿਸੇ ਨੇ ਮੈਨੂੰ ਚੇਤਾ ਨਹੀਂ ਕਰਾਇਆ। ਅਤੇ ਆਹ ਸੀੜੀਆਂ ਚੜ੍ਹ ਕੇ ਵਾਹਾਂ ਪਰ ਬਹੁਤ ਸੁੰਦਰ ਸੀ ਨਾਕਾਸ਼ੀ ਕੀ ਹੋਈ ਹੈ। ਬਹੁਤ ਸੁੰਦਰ ਸੀ ਨਾਕਾਸ਼ੀ ਕੀ ਹੋਇਆ ਯਹਾਂ ਪਰ। ਹੋਏ ਹੋਏ, ਕਿਲਾ ਕਿਲਾ ਹੈ ਮੁਹੱਬਤ। ਉਹ ਮੈਂ ਰਾਜੀਵ ਉਹਨਾਂ ਦੀ ਲੱਗਦਾ ਪਿਆ, ਮੈਨੂੰ ਲੱਗਦਾ ਹੈ ਨਾ, ਦੇਖਿਓ ਤਾਂ ਨਾ, ਰਾਜੀਵ ਗਾਂਧੀ ਹੈ ਨਾ, ਰਾਜੀਵ ਹੀ ਲੱਗਦਾ ਮੈਨੂੰ। ਇਹ ਦੇਖੀਏ ਭਾਈ, ਬਹੁਤ ਸੋਹਣੇ ਆਰਕੀਟੈਕਟ ਹੈ। ਹੁਣ ਅੰਦਰ ਪਾਣੀ ਕਿੱਧਰੋਂ ਜਾ ਹੋਣਾ, ਦੇਖਦੇ ਹਾਂ ਪੁੱਛ ਪੁੱਛ ਕੇ। ਇੱਥੋਂ ਜਾਂਦੇ ਹਾਂ ਐਂਟਰੀ। ਆਹ ਪਾਲਕੀਆਂ ਬਣਾਈਆਂ ਹੋਈਆਂ, ਦੇਖੋ ਪਾਲਕੀ, ਐਲੀਫੈਂਟ ਹਾਓ ਹੌਦਾ ਹੌਦਾ। ਇਹ ਅੱਛਾ ਐਲੀਫੈਂਟ 'ਤੇ ਆ ਇਹ ਰੱਖਣ ਦੇ ਲਈ, ਉਹਦੇ ਉੱਤੇ ਬੈਠਣ ਸਾਰਥੀ। ਹਾਂ ਅੱਛਾ, ਵੱਧ ਆਹ ਪੜ੍ਹ ਲਿਓ ਭਰਾਓ ਆਪ ਹੀ। ਇੱਧਰ ਪੇਂਟਿੰਗ ਲੱਗੀ ਹੋਈ ਹੈ ਜੀ, ਆਹ ਵੀ ਐਲੀਫੈਂਟ 'ਤੇ ਰੱਖਣ ਦੇ ਲਈ ਹੈ। ਕਿੰਨੀ ਕਿੰਨੀ ਵਧੀਆ ਚੀਜ਼ਾਂ ਨੇ, ਕਿੱਦਾਂ ਬਹਿੰਦੇ ਹੋ ਗਏ ਉੱਪਰ। ਹਾਂ ਭਰਾ ਪੜ੍ਹ ਲਿਆ, ਚਾਂਦੀ ਦਾ ਕਹਿੰਦੇ, ਚਾਂਦੀ ਦਾ ਭਰਾਵਾ ਕਹਿੰਦੇ। ਆਹ ਵੀ ਹਾਥੀ ਵਾਲੇ, ਆਹ ਵੀ ਹਾਥੀ ਵਾਲਾ ਹੀ ਆ ਬਾਈ, ਜੇ ਆਪਾਂ ਨੇ ਫੋਰਨਰ ਘੁੰਮ ਰਹੇ ਹੋਏ, ਫੋਰਨਰ ਘੁੰਮ ਰਹੇ ਹੋਏ। ਕਿਹੜਾ ਨਕਲੀ ਕਰੀ ਆਹ ਵੀ ਹਾਥੀ ਵਾਲਾ ਹੀ ਆ ਬਾਈ, ਸਾਡੇ ਤਾਂ ਪਾਲਕੀ ਹੌਦਾ ਬੋਲਦੇ ਹੈ। ਕਿਆ ਪਤਾ ਹੌਦਾ ਹੀ ਕਹਿੰਦੇ ਹੁਣ, ਸਾਡੇ ਸਾਡੇ ਗਲਤ ਬੋਲਦੇ ਹੁਣ ਇਹਦੇ ਵਿੱਚ ਚੀਜ਼ ਹੈ ਜੀ। ਇਸ ਕੋ ਬੋਲਤੇ ਹੈ ਐਲੀਫੈਂਟ ਹਾਊਸ। ਠੰਡੇ ਆ ਨਾ, ਪੱਖੇ ਵੀ ਲਾਏ ਭਰਾਵਾ ਉਹ ਨਹੀਂ, ਹਾਂ ਨੈਚੁਰਲ ਕੂਲਿੰਗ ਹੈ ਠੀਕ ਹੈ। ਆਹ ਵੀ ਐਲੀਫੈਂਟ ਹੈ ਜੀ ਆਹ ਪਿੱਛੇ, ਅਤੇ ਅੱਗੇ ਆ ਵੀ ਆਹ ਸਭ ਤੋਂ ਬੜੀ ਪਾਲਕੀ ਹੈ ਨਾ। ਇਹ ਰਾਣੀਆਂ ਲਈ ਹੋਣੀ ਮੈਨੂੰ ਲੱਗਦਾ, ਇਹ ਰਾਣੀਆਂ ਲਈ ਹੋਣੀ, ਆਹ ਹੋਣੀ ਤਾਂ ਐਲੀਫੈਂਟ ਹੀ ਹੈ। ਰਾਣੀਆਂ ਲਈ ਲਿਆਉਂਦੇ ਹੋਣੇ, ਹਾਂ ਦੇਖੋ ਹੁਣ ਅੱਗੇ ਜਾ ਕੇ ਦਿਖਾਉਂਦੇ ਹਾਂ ਅਸੀਂ ਕਿ ਇੱਥੇ ਕਿਆ ਹੈ। ਇੱਥੇ ਕੁਛ ਵੀ ਨਹੀਂ ਹੈਗਾ, ਸੰਗੜੀਆਂ ਲਾਈਆਂ, ਅੱਗੇ ਜਾ ਕੇ ਫਿਰ ਦਿਖਾਉਣਾ। ਆਹ ਪਾਲਕੀ ਖਾਨਾ ਦੋ ਆ ਜੀ, ਇੱਥੇ ਆਡੀਓ ਵੀ ਲੱਗ ਸਕਦੇ, ਆਡੀਓ ਜਿਹੜੇ ਗਾਈਡ ਹੈ। ਅਤੇ ਹਾਂ ਦੇਖ ਲਓ ਪਾਲਕੀਆਂ, ਹਾਂ ਇਹ ਰਾਣੀ ਵਾਲੀ ਹੈ, ਨਹੀਂ ਨਹੀਂ ਹੈ ਰਾਜਾ ਵੀ ਬੈਠਾ ਜੀ। ਆਹ ਤਾਂ ਰਾਜਾ ਵੀ ਰਾਣੀ ਬਣਿਆ ਹੋਇਆ ਇੱਥੇ, ਹਾਂ ਰਾਣੀ ਦੀ ਪਾਲਕੀ ਹੈ ਜੀ। ਹਾਂ ਦੇਖੋ ਕਿੰਨੇ ਕਿੰਨੇ ਜਣੇ ਚੁੱਕਦੇ ਹੋ ਗਏ ਇਹਨੂੰ ਯਾਰ, ਹੈ ਨਾ, ਪਿੰਜਸ ਹੈ ਪਿੰਜਸ, ਇਹਨੂੰ ਰੋਕ ਕੇ ਪੜ੍ਹ ਲਿਓ ਭਾਈ। ਅਤੇ ਆਹ ਹੈਗਾ ਆਹ ਤਾਂ ਹੋਰ ਤਰ੍ਹਾਂ ਦਾ ਤੀਰ ਕਮਾਨ ਨਹੀਂ ਇੱਦਾਂ ਹੁੰਦਾ, ਮੁੱਛ ਮੁੱਛ ਜੀ, ਹਾਂ ਮੁੱਛ ਜੀ ਵਰਗਾ ਇਹ। ਚਲੋ ਉਹੀ ਤਾਂ ਮੈਂ ਆਹ ਦੇਖਿਆ ਕਿੰਨਾ ਕਿੰਨਾ ਵੇਟ ਹੋਊਗਾ, ਲੋਕੀ ਕਿੱਦਾਂ ਚੱਕਦੇ ਹੋ ਗਏ। ਆਹੋ ਉਹ ਇੱਕ ਇੱਕ ਹੈ, ਆਹ ਵੀ ਆਹ ਹੈਗਾ ਪਾਲਕੀ, ਆਹ ਵੀ ਪਾਲਕੀ ਹੈ। Palanquin it's a palanquin bro, and there is another palki, his name is Rajat Khasa, and
period is the 19th century CE. He's a old man sitting on a chair and they got this heritage room. This palki is too beautiful, and inside this palki Radha and Krishna pictures. ਆਹ ਦੇਖੋ ਜੀ ਰਾਧਾ ਅਤੇ ਕ੍ਰਿਸ਼ਨ ਦੀ ਪਿਕਚਰ ਲੱਗੀ ਹੋਈ ਅੰਦਰ ਅੰਦਰ ਇੱਧਰ ਵੀ ਕ੍ਰਿਸ਼ਨ ਜੀ ਦੀ ਲੱਗੀ ਹੋਈ ਆਹ ਦਰਵਾਜ਼ਾ ਬੰਦ ਹੋ ਜਾਂਦਾ ਉਹਨਾਂ ਨਾਲ ਹਾਂ ਸਲਾਈਡਿੰਗ ਡੋਰ ਹੈ ਇਹਨੂੰ ਵੀ ਟ੍ਰੰਕੁਇਨ ਕਹਿੰਦੇ ਆ ਛੇ ਇਹਨੂੰ ਪਾਲਕੀ ਕਹਿੰਦੇ ਆ ਹਿੰਦੀ ਵਿੱਚ ਆਹ ਵੀ ਪਾਲਕੀ ਬਹੁਤ ਸੋਹਣੀ ਹੈ ਇਹਨੂੰ ਵੀ ਟ੍ਰੰਕੁਇਨ ਕਹਿੰਦੇ ਆ ਜੀ ਅਤੇ ਆਹ ਵੀ ਪਾਲਕੀ ਖਾਨਾ ਹੋ ਗਿਆ ਸਾਡਾ ਕੰਪਲੀਟ ਅਤੇ ਅਗਲਾ ਇਹ ਛਾਈ ਕਾਹ ਵੀ ਪਈ ਹੈ ਸੱਚ ਆਹ ਮੋਰਾਂ ਵਾਲੀ ਹੈ ਜੀ ਮੋਰਾਂ ਵਾਲੀ ਇਹਨੂੰ ਤਾਮ ਜਮ ਬੋਲਦੇ ਅੱਛਾ ਠੀਕ ਹੈ ਸਾਨੂੰ ਉਹਦੇ ਤਾਂ ਅੱਖਰ ਪਤਾ ਨਹੀਂ ਭਰਾਵਾ ਤਾਮ ਜਾਮ ਕਿਹਨੂੰ ਬੋਲਦੇ ਤਾਂ ਹੋਰ ਕਿਸੇ ਨੂੰ ਕਿਆ ਬੋਲਦੇ ਉਹ ਸਾਡਾ ਬੰਦਾ ਆਫਿਸ ਵਾਲਾ ਛੁੱਟੀ ਲੈ ਕੇ ਆਇਆ ਹੋਇਆ ਅਤੇ ਅਗਲਾ ਰੂਮ ਹੁਣ ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹੀ ਦੇਰ ਬਾਅਦ